ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਪੀ ਐੱਸ ਟੈਟ ਦੇ ਹਿਸਟਰੀ ਦੇ ਇੰਪੋਰਟੈਂਟ ਕੁਸ਼ਚਨਸ ਤੁਹਾਡੇ ਸਾਹਮਣੇ ਲੈ ਕੇ ਆਇਆਂਗੇ। ਇਸ ਤੋਂ ਪਹਿਲਾਂ ਆਪਾਂ 3 ਲੈਕਚਰਸ 'ਚ ਪੋਲੀਟੀਕਲ ਸਾਇੰਸ ਦੇ ਕਾਫੀ ਕੁਸ਼ਚਨ ਡਿਸਕਸ ਕੀਤੇ। ਹੋਰ ਵੀ ਆਪਣੇ ਕੋਲ ਬਹੁਤ ਇੰਪੋਰਟੈਂਟ ਕੁਸ਼ਚਨਸ ਪਏ ਨੇ, ਉਹ ਵੀ ਆਪਾਂ ਹੌਲੀ ਹੌਲੀ ਸਾਰੇ ਡਿਸਕਸ ਕਰ ਲਾਂਗੇ। ਮੈਨੂੰ ਲੱਗਿਆ ਅੱਜ ਥੋੜ੍ਹਾ ਜਿਹਾ ਹਿਸਟਰੀ ਬਾਰੇ ਵੀ ਪਾ ਦੇਣਾ ਚਾਹੀਦਾ ਹੈਗਾ। CDP ਵੀ ਆਪਣੀ ਨਾਲ ਦੀ ਨਾਲ ਹੀ ਚੱਲ ਰਹੀ ਹੈਗੀ, ਉਹਦਾ ਆਪਾਂ ਜ਼ਿਆਦਾ ਨਹੀਂ ਜੇ ਲਗਭਗ 60% ਸਿਲੇਬਸ ਆ ਜਿਹੜਾ ਕਵਰ ਕਰ ਲਿਆ ਗਾ। ਲਿੰਕ ਮੈਂ ਡਿਸਕ੍ਰਿਪਸ਼ਨ ਬੋਕਸ 'ਚ ਮੈਨਸ਼ਨ ਕਰਤਾ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋਗੇ। ਹਾਂਜੀ, ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾ ਕੁਸ਼ਚਨ ਹੈ, ਰੋਲਟ ਐਕਟ ਕਦੋਂ ਪਾਸ ਹੋਇਆ? 1919 ਵਿੱਚ। ਮਹਾਤਮਾ ਗਾਂਧੀ ਨੇ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ? 1 ਅਗਸਤ 1920 ਨੂੰ। ਦੇਖੋ, ਮੈਨੂੰ ਵੀ ਪਤਾ ਇਹ ਬਹੁਤ ਈਜ਼ੀ ਕੁਸ਼ਚਨਸ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਆਉਂਦੇ ਹੋਣਗੇ। ਇਹ ਤੁਹਾਡੀ ਕੁਇਕ ਰਿਵੀਜ਼ਨ ਹੈ, ਇਹਦੇ ਥਰੂ ਤੁਹਾਨੂੰ ਪੂਰਾ ਵਾਸਟ ਟੋਪਿਕ 'ਚ ਜਾਣ ਦੀ ਲੋੜ ਨਹੀਂ ਪਊਗੀ। ਚੋਰੀ ਚੋਰੀ ਦੀ ਘਟਨਾ ਕਦੋਂ ਹੋਈ ਸੀ? 4 ਫਰਵਰੀ 1922 ਨੂੰ। ਮਹਾਤਮਾ ਗਾਂਧੀ ਨੇ ਨਾਂ ਮਿਲਵਰਤਨ ਕਦੋਂ ਵਾਪਸ ਲਿਆ ਸੀ? 12 ਫਰਵਰੀ 1922 ਨੂੰ, ਮਤਲਬ 8 ਦਿਨ ਹੀ ਚੱਲਿਆ ਸੀਗਾ ਉਹ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ? 1928 ਵਿੱਚ। ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸਨ? 7 ਮੈਂਬਰ ਸਨ। ਲਾਲਾ ਲਾਜਪਤ ਰਾਏ ਦੀ ਮੌਤ ਕਦੋਂ ਹੋਈ? 17 ਨਵੰਬਰ 1928 ਨੂੰ। ਕਿੱਥੇ ਹੋਈ ਸੀਗੀ? ਲਾਹੌਰ ਵਿੱਚ। ਸਿਵਲ ਨਾਫਰਮਾਨੀ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ? 12 ਮਾਰਚ 1930 ਨੂੰ। ਸਿਵਲ ਨਾਫਰਮਾਨੀ ਅੰਦੋਲਨ ਕਿੱਥੋਂ ਸ਼ੁਰੂ ਹੋਇਆ ਸੀ? ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਇਆ ਸੀ। ਸਿਵਲ ਨਾਫਰਮਾਨੀ ਅੰਦੋਲਨ ਕਿਹੜੀ ਘਟਨਾ ਨਾਲ ਸ਼ੁਰੂ ਹੋਇਆ ਸੀ? ਡਾਂਡੀ ਯਾਤਰਾ ਕਰਕੇ। ਡਾਂਡੀ ਕਿੱਥੇ ਸਥਿਤ ਹੈ? ਸੂਰਤ ਵਿੱਚ। ਡਾਂਡੀ ਯਾਤਰਾ ਡਾਂਡੀ ਕਦੋਂ ਪਹੁੰਚੀ ਸੀ? 6 ਅਪ੍ਰੈਲ 1930 ਨੂੰ। ਸਿਵਲ ਨਾਫਰਮਾਨੀ ਅੰਦੋਲਨ ਖਤਮ ਕਦੋਂ ਹੋਇਆ? 1 ਮਈ 1934 ਨੂੰ, ਮਤਲਬ 4 ਸਾਲ ਚੱਲਿਆ ਸੀ। 1930 'ਚ ਸ਼ੁਰੂ ਹੋਇਆ ਸੀ ਅਤੇ 1934 'ਚ ਖਤਮ ਹੋਇਆ। ਨਹਿਰੂ ਰਿਪੋਰਟ ਕਿਸਨੇ ਪੇਸ਼ ਕੀਤੀ ਸੀ? ਮੋਤੀ ਲਾਲ ਨਹਿਰੂ ਨੇ। ਬਹੁਤ ਇੰਪੋਰਟੈਂਟ ਕੁਸ਼ਚਨ ਹੈ, ਪੀ ਐੱਸ ਟੈਟ 'ਚ ਵੀ ਬਹੁਤ ਵਾਰੀ ਪੁੱਛਿਆ, ਈਵਨ ਕਿ ਮਾਸਟਰ ਕੇਡਰ 'ਚ ਵੀ ਆਇਆ ਹੋਇਆ। ਕਦੋਂ ਪੇਸ਼ ਕੀਤੀ ਗਈ ਸੀ? 28 ਅਗਸਤ 1928 ਨੂੰ। ਖੁਦਾਈ ਖਿਦਮਤਗਾਰ ਸੰਸਥਾ ਦੀ ਸਥਾਪਨਾ ਕਿਸਨੇ ਕੀਤੀ ਸੀ? ਖਾਨ ਅਬਦੁਲ ਗਾਫਰ ਖਾਨ ਨੇ ਕੀਤੀ ਸੀਗੀ। ਖਾਨ ਅਬਦੁਲ ਗਾਫਰ ਖਾਨ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸੀਮੰਤ ਗਾਂਧੀ ਨਾਲ। ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਹੋਇਆ ਸੀ? 31 ਦਸੰਬਰ 1929 ਨੂੰ। ਪੂਰਨ ਸਵਰਾਜ ਦਾ ਪਤਾ ਕਾਂਗਰਸ ਦੇ ਕਿਹੜੇ ਸੰਮੇਲਨ ਵਿੱਚ ਪਾਸ ਹੋਇਆ? ਲਾਹੌਰ ਸੰਮੇਲਨ ਵਿੱਚ। ਭਾਰਤ ਦਾ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? 26 ਜਨਵਰੀ 1930 ਨੂੰ। ਪਹਿਲੀ ਗੋਲ ਮੇਜ ਕਾਨਫਰੰਸ ਕਦੋਂ ਹੋਈ ਸੀ? ਇੰਪੋਰਟੈਂਟ ਕੁਸ਼ਚਨ ਹੈ, 12 ਨਵੰਬਰ 1930 ਨੂੰ। ਗਾਂਧੀ ਇਰਵਨ ਸਮਝੌਤਾ ਕਦੋਂ ਹੋਇਆ? 1931 ਵਿੱਚ। ਤੁਸੀਂ ਦੇਖੋ, ਇਹਨਾਂ ਦੀ ਜਿਹੜੀ ਮਤਲਬ ਕੁਸ਼ਚਨ ਇੱਕ ਕ੍ਰੋਨੋਲੋਜੀਕਲ ਆਰਡਰ 'ਚ ਨੇ, ਈਅਰ ਵਾਈਜ਼ ਆਪਾਂ ਤਿਆਰ ਕੀਤੇ ਹੈਗੇ ਜਿਹੜੇ ਆਪਾਂ ਕਲੈਕਟ ਕੀਤੀ ਹੈ ਇਨਫੋਰਮੇਸ਼ਨ। ਦੂਜੀ ਗੋਲਮੇਜ਼ ਕਾਨਫਰੰਸ ਕਦੋਂ ਹੋਈ ਸੀ? 7 ਸਪਤੰਬਰ 1931 ਨੂੰ। ਤੀਜੀ ਗੋਲਮੇਜ਼ ਕਾਨਫਰੰਸ ਹੋਈ ਸੀ 17 ਨਵੰਬਰ 1932। ਗੋਲਮੇਜ਼ ਕਾਨਫਰੰਸਾਂ ਕਿੱਥੇ ਹੁੰਦੀਆਂ ਸਨ? ਲੰਡਨ ਵਿੱਚ। ਵਿਅਕਤੀਗਤ ਸੱਤਿਆਗ੍ਰਹਿ ਕਿਸਨੇ ਸ਼ੁਰੂ ਕੀਤਾ ਸੀ? ਵਿਨੋਬਾ ਭਾਵੇ ਨੇ ਸ਼ੁਰੂ ਕੀਤਾ ਸੀਗਾ। ਕਦੋਂ ਸ਼ੁਰੂ ਕੀਤਾ ਗਿਆ ਸੀ? 17 ਅਕਤੂਬਰ 1940 ਨੂੰ। ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ? ਬਹੁਤ ਇੰਪੋਰਟੈਂਟ ਹੈ, 1942 ਦੇ ਵਿੱਚ। ਭਾਰਤ ਛੱਡੋ ਅੰਦੋਲਨ ਕਿਸਨੇ ਸ਼ੁਰੂ ਕੀਤਾ? ਮਹਾਤਮਾ ਗਾਂਧੀ ਨੇ। ਭਾਰਤ ਛੱਡੋ ਅੰਦੋਲਨ ਕਿੱਥੇ ਸ਼ੁਰੂ ਕੀਤਾ ਗਿਆ ਸੀ? ਮੁੰਬਈ ਵਿੱਚ। ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ? 9 ਅਗਸਤ 1942 ਨੂੰ। ਭਾਰਤ ਛੱਡੋ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨੇ ਕਿਹੜਾ ਨਾਰਾ ਲਾਇਆ ਸੀ? ਕਰੋ ਜਾਂ ਮਰੋ ਵਾਲਾ। ਲਾਸਟ ਕੁਸ਼ਚਨ ਅੱਜ ਦੀ ਵੀਡੀਓ ਦਾ, ਲਖਨਊ ਸਮਝੌਤਾ ਕਦੋਂ ਹੋਇਆ? 1916 ਵਿੱਚ। ਉਮੀਦ ਹੈ ਤੁਹਾਨੂੰ ਕੁਸ਼ਚਨ ਜੇ ਸਾਰੇ ਵਧੀਆ ਲੱਗੇ ਹੋਣਗੇ, ਪਸੰਦ ਆਏ ਹੋਣਗੇ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਤੁਸੀਂ ਸਾਡਾ ਟੈਲੀਗ੍ਰਾਮ ਲਿੰਕ ਵੀ ਜੁਆਇਨ ਕਰ ਸਕਦੇ ਹੋ, ਕੋਈ ਵੀ ਡਾਊਟ ਹੈ ਕੁਐਰੀ ਹੈ ਤੁਸੀਂ ਉੱਥੇ ਵੀ ਪੁੱਛ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ।
ਜੇਕਰ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੁੜੇ ਰਹੋ ਚੈਨਲ ਦੇ ਨਾਲ। ਧੰਨਵਾਦ।